Hey there. Subscribe to my channel. And also press this bell icon. So you never miss any new updates, cause whenever we upload new video you will get a notification on your phone. ਤੁਸੀਂ ਇਹ ਦੇਖੋ ਸੀਸੀਟੀਵੀ ਫੁਟੇਜ ਵੀ ਇੱਥੋਂ ਗੈਪ ਕੀਤੀ ਗਈ ਆ ਪਲੀਜ਼ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਸਕੂਲ ਦਾ ਜਿਹੜਾ ਪ੍ਰਿੰਸੀਪਲ ਆ ਉਹਨੂੰ ਇਹ ਪ੍ਰਸ਼ਾਸਨ ਗ੍ਰਿਫਤਾਰ ਕਰ ਸਕੇ ਅੱਜ ਇਹਨੂੰ 4-5 ਦਿਨ ਹੋ ਗਏ ਆ 4-5 ਦਿਨ ਤੋਂ ਉਹ ਪ੍ਰਿੰਸੀਪਲ ਨਹੀਂ ਗ੍ਰਿਫਤਾਰ ਹੋ ਰਿਹਾ ਕਿਸੇ ਦੇ ਕੋਲੋਂ ਐਡਾ ਬੁਰਾ ਹਾਲ ਆ ਆ ਤੁਸੀਂ ਦੇਖੋ ਜੀ ਸਾਰੇ ਜਾਣੇ ਖੜੇ ਆ ਠੀਕ ਹੈ ਜੀ ਔਰ ਇਹ ਮਾਲਪੁਰ ਦਾ ਸਕੂਲ ਹੈ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮੈਂ ਦੋਸਤੋ ਤੁਸੀਂ ਸਾਰੇ ਜਾਣੇ ਵੀਡੀਓ ਦੇਖ ਰਹੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਸਕੂਲ ਬੰਦ ਹੋਣਾ ਚਾਹੀਦਾ ਆ ਠੀਕ ਆ ਇਹ ਨਹੀਂ ਤਾਂ ਪ੍ਰਿੰਸੀਪਲ ਨੂੰ ਸਾਡੇ ਮੋਹਰੇ ਕਰਨ ਅਸੀਂ ਉਸ ਬੰਦੇ ਨੂੰ ਪੁੱਛਿਆ ਵੀ ਤੇਰੀ ਵੀ 7ਵੀਂ ਚ ਪੜ੍ਹਦੀ ਕੁੜੀ ਆ ਤੂੰ ਉਹਦੇ ਨਾਲ ਇਦਾਂ ਕਰਕੇ ਦੇਖ ਤੂੰ ਅੱਜ ਮਤਲਬ ਕਿ ਕਿਸੇ ਦੀ ਧੀ ਦੇ ਨਾਲ ਇਹ ਕੰਮ ਕਰਦਾ ਪਿਆ ਆ ਤੈਨੂੰ ਸ਼ਰਮ ਆਣੀ ਚਾਹੀਦੀ 7ਵੀਂ ਦੇ ਵਿੱਚ ਪੜ੍ਹਦੀ ਕੁੜੀ 14-15 ਸਾਲ ਦੀ ਕੁੜੀ ਦੇ ਨਾਲ ਇਸ ਬੰਦੇ ਨੇ ਆਹ ਕੀਤਾ ਆ ਠੀਕ ਆ 12 ਸਾਲ ਦੀ 12-13 ਸਾਲ ਦੀ ਉਹਦੀ ਏਜ ਆ ਔਰ ਅੱਜ ਉਹ ਕੁੜੀ ਸੈਂਪੀ ਘਰੇ ਪਈ ਆ ਘਰੇ ਬੈਠੀ ਹੋਈ ਆ ਔਰ ਅਸੀਂ ਪਲ ਪਲ ਉਹਦੇ ਕੋਲ ਰਹਿ ਰਹੇ ਹਾਂ ਵੀ ਕੋਈ ਗਲਤ ਕਦਮ ਨਾ ਚੱਕ ਲਵੇ ਪਲੀਜ਼ ਯਾਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਜਿਹੜਾ ਪ੍ਰਿੰਸੀਪਲ ਸੀਗਾ ਜਿਹਨੂੰ ਇਹਨਾਂ ਨੇ ਰਲ ਕੇ ਭਜਾ ਦਿੱਤਾ ਉਹਦੀ ਵੀਡੀਓ ਰਿਕਾਰਡਿੰਗ ਕਿਉਂ ਡਿਲੀਟ ਕੀਤੀ ਗਈ ਇਸ ਚੀਜ਼ ਦਾ ਜਵਾਬ ਸਿਰਫ ਔਰ ਸਿਰਫ ਅੱਜ ਦੇ ਦਿਨ ਦੀ ਵੇਟ ਕਰਾਂਗੇ ਨਹੀਂ ਤਾਂ ਅੱਜ ਦਾ ਦਿਨ ਜੇ ਉਹ ਪ੍ਰਿੰਸੀਪਲ ਨਹੀਂ ਗ੍ਰਿਫਤਾਰ ਕੀਤਾ ਗਿਆ ਉਹ ਮੈਨੇਜਮੈਂਟ ਦੇ ਬੰਦੇ ਨਾ ਗ੍ਰਿਫਤਾਰ ਕੀਤੇ ਗਏ ਜਿਹਨਾਂ ਨੇ ਰਿਕਾਰਡਿੰਗ ਡਿਲੀਟ ਕੀਤੀ ਆ ਅਸੀਂ ਪੂਰੇ ਮਾਲਪੁਰ ਦੇ ਵਿੱਚ ਜਾਮ ਲਗਾਵਾਂਗੇ ਔਰ ਚੱਕਾ ਜਾਮ ਕਰਾਂਗੇ ਔਰ ਇਹ ਚੀਜ਼ ਅਸੀਂ ਜਿੰਨਾ ਸਾਨੂੰ ਹੋ ਸਕੇ ਸਾਡੀ ਜੇ ਕੁੜੀ ਨਾਲ ਇਹਨਾਂ ਨੇ ਕੀਤਾ ਆ ਅਸੀਂ ਪੂਰਾ ਮਾਲਪੁਰ ਜਾਮ ਕਰਕੇ ਦਿਖਾਵਾਂਗੇ ਇਹ ਮੈਂ ਆਪਣੇ ਸਾਰੇ ਦੋਸਤਾਂ ਨੂੰ ਕਹੂੰਗਾ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਹਾਂਜੀ ਹਾਂਜੀ ਭਾਜੀ ਇੱਥੇ ਆ ਕੇ ਗੱਲ ਕਰੋ ਅਸੀਂ ਨੀ ਉੱਥੇ ਗੱਲ ਕਰਨੀ ਇੱਥੇ ਆ ਕੇ ਗੱਲ ਕਰੋ ਸਾਡੇ ਨਾਲ ਇੱਥੇ ਆ ਕੇ ਗੱਲ ਕਰੋ ਤੁਸੀਂ ਰਿਕਾਰਡਿੰਗ ਕਿਉਂ ਡਿਲੀਟ ਕੀਤੀ ਆ ਦੇਖ ਸਾਰੀ ਪਬਲਿਕ ਦੇ ਵਿੱਚ ਜਗ੍ਹਾ ਗੱਲ ਹੋਊਗੀ ਸਾਡੀ ਵੀ ਧੀ ਜਗ੍ਹਾ ਸਾਰਿਆਂ ਦੀ ਭਾਜੀ ਸਾਰਿਆਂ ਦੀ ਧੀ ਸੀਗੀ ਉਸ ਬੰਦੇ ਨੂੰ ਭਜਾ ਦਿੱਤਾ ਗਿਆ ਅਸੀਂ ਨੀ 5-6 ਬੰਦੇ ਭਾਜੀ ਇੱਥੇ ਆਓ ਇੱਥੇ ਆ ਕੇ ਸਾਡੇ ਨਾਲ ਗੱਲ ਕਰੋ ਸਾਨੂੰ ਉਹ ਬੰਦਾ ਪੇਸ਼ ਕਰੋ ਜਿਹੜੇ ਬੰਦੇ ਸਾਰੇ ਹੈਗੇ ਪਾਏ ਨੇ ਸਾਰਿਆਂ ਦੇ ਵਿੱਚ ਗੱਲ ਦੋਸਤੋ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਯਾਰ ਸਾਰੀ ਗੱਲ ਇੱਥੇ ਵਿੱਚ ਹੋਊਗੀ ਪਬਲਿਕ ਦੇ ਵਿੱਚ ਹੋਊਗੀ ਅਸੀਂ ਕਿਸੇ ਨਾਲ ਕੋਈ ਦੁੱਖ ਨਹੀਂ ਹੋਊਗਾ ਇੱਥੇ ਪਬਲਿਕ ਦੇ ਵਿੱਚ ਹੋਊਗੀ ਸਾਰਿਆਂ ਦੇ ਵਿੱਚ ਗੱਲ ਜੋ ਵੀ ਹੋਊਗੀ ਹਾਂਜੀ ਹਾਂ ਸਕੂਲ ਹੈ ਜੀ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਅੱਗੇ ਵੀ 1-2 ਕਾਂਡ ਹੋ ਗਏ ਇੱਥੇ ਇਹਨਾਂ ਨੇ ਬੰਦ ਕਰਤੇ ਇੱਦਾਂ ਹੀ ਪਲੀਜ਼ ਬਾਈ ਜੀ ਮੈਂ ਤੁਹਾਨੂੰ ਸਭ ਨੂੰ ਇਹੀ ਰਿਕੁਐਸਟ ਕਰੂੰਗਾ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਸਕੂਲ ਨੂੰ ਪਤਾ ਲੱਗੇ ਵੀ ਕੀ ਹਾਲ ਆ ਇਹਨਾਂ ਦਾ ਸਕੂਲਾਂ ਦਾ ਔਰ ਉਹਨੂੰ ਪ੍ਰਿੰਸੀਪਲ ਨੂੰ ਚੱਕ ਕੇ ਇਹਨਾਂ ਨੇ ਦੁਰਲੀ ਕੀਤਾ ਭਜਾ ਦਿੱਤਾ ਇਹਨਾਂ ਨੇ ਦੋਸਤੋ ਜੇ ਕਿਸੇ ਦੀ ਧੀ ਭੈਣ ਹੈਗੀ ਹੈ ਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਬਸ ਇੰਨੀ ਮੈਂ ਰਿਕੁਐਸਟ ਕਰੂੰਗਾ ਤੁਹਾਡੇ ਸਭ ਦੇ ਸਾਹਮਣੇ ਮੇਰੀ ਭਤੀਜੀ ਹੈ ਜੀ ਜਿਸ ਬੰਦਿਆਂ ਨਾਲ ਇਹਨਾਂ ਨੇ ਇਹ ਹਰਕਤ ਕੀਤੀ ਔਰ ਮੇਰਾ ਬ੍ਰਦਰ ਔਰ ਮੇਰਾ ਜਿਹੜਾ ਕਜ਼ਨ ਦੂਸਰਾ ਹੈ ਉਹ ਆਸਟ੍ਰੇਲੀਆ ਬੈਠੇ ਆ ਠੀਕ ਆ ਅਤੇ ਇਹਨਾਂ ਨੇ ਉਸ ਬੱਚੀ ਦੇ ਨਾਲ ਆਹ ਹਰਕਤ ਕੀਤੀ ਹੈ ਸਕੂਲ ਦੇ ਪ੍ਰਿੰਸੀਪਲ ਨੇ ਪਲੀਜ਼ ਯਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਨੂੰ ਪਤਾ ਲੱਗ ਜੇ ਔਰ ਸਾਰਾ ਦੇਖੋ ਜੀ ਅੱਜ ਸਰਕਾਰ ਆ ਸਰਕਾਰ ਵੀ ਨਹੀਂ ਕੁਛ ਕਰ ਰਹੀ ਉਹ ਕੋਈ MLA ਦਾ ਨਿਆਣਾ ਹੁੰਦਾ ਕੋਈ MP ਦਾ ਨਿਆਣਾ ਹੁੰਦਾ ਤਾਂ ਇੱਥੇ ਠੋਕੇ ਹੋਣੇ ਸੀ ਸਾਰੇ